वेख लो वेख लो वेख लो जलंधर दे इस प्राइवेट स्कूल दे काम वेख लो। कोई पता नहीं चला है जी। आपने कैमरे से सीसीटीवी चेक किए? मैं सीसीटीवी चेक किया हूँ। पहले तो मैडम बोला कि बच्चा नहीं आया है, हमने बगल से चेक किया, बगल में निकल गया लड़का के। हाँ, लड़का एंट्री कर रहा है, तो मैडम को बोला अपना कैमरा दिखाओ। मैडम बोलता है नहीं मैं नहीं दिखाना है। कल 9 बजे से आज स्कूल में स्कूल बंद है आज? हाँ, किस वजह से स्कूल? इसी वजह से बंद है कि बच्चा हमारा किडनैप करवा दिए हैं। दूसरी बात, हमारे बच्चे को इन लोग चाहे कुछ भी कर दिए होंगे, मतलब बच्चा ऐसे छुट्टी नहीं थी स्कूल में, ऐसे छुट्टी नहीं है। कोई मैडम वगैरह मौजूद है? मैडम डर से बंद करवाया है। अब कौन मौजूद है स्कूल में? अभी कोई नहीं है जी। स्कूल प्रशासन कमेटी मुर्दाबाद। स्कूल प्रिंसिपल ਇਹ ਗੁੱਸਾ ਹੈ ਜਲੰਧਰ ਦੇ ਨਿਜਾਤਾ ਨਗਰ ਸੈਂਟ ਸੋਜਰ ਪਬਲਿਕ ਸਕੂਲ ਦੇ ਖਿਲਾਫ। ਇਹ ਸਕੂਲ ਦੇ ਵਿੱਚ ਪੜ੍ਹਨ ਵਾਲਾ ਇੱਕ ਬੱਚਾ ਲਾਪਤਾ ਹੋ ਗਿਆ। ਉਹ ਸਕੂਲ ਆਇਆ ਸੀ ਅਤੇ ਸਕੂਲ ਤੋਂ ਹੀ ਵਾਪਸ ਮੁੜ ਗਿਆ, ਪਰ ਸਕੂਲ ਪ੍ਰਸ਼ਾਸਨ ਨੇ ਇਹਨਾਂ ਅਭਿਭਾਵਕਾਂ ਨੂੰ ਕਿਹਾ ਕਿ ਉਹ ਸਕੂਲ ਆਇਆ ਹੀ ਨਹੀਂ। ਇਹ ਇਲਜ਼ਾਮ ਅਸੀਂ ਨਹੀਂ ਲਾ ਰਹੇ, ਬਲਕਿ ਅਭਿਭਾਵਕ ਖੁਦ ਲਾ ਰਹੇ ਨੇ। ਜਿਸ ਤੋਂ ਬਾਅਦ ਇਹਨਾਂ ਨੇ ਗੁਆਂਢੀਆਂ ਦੀ ਸੀਸੀਟੀਵੀ ਕਢਵਾਈ, ਜਿਸ 'ਚ ਪਤਾ ਲੱਗਿਆ ਕਿ ਬੱਚਾ ਸਕੂਲ ਤਾਂ ਆਇਆ ਸੀ। ਇਹੀ ਨਹੀਂ, ਅਭਿਭਾਵਕ ਇਲਜ਼ਾਮ ਲਾ ਰਹੇ ਨੇ ਕਿ ਬੱਚੇ ਨੂੰ ਫੀਸ ਨਾ ਦੇਣ ਕਰਕੇ ਕਈ ਕਈ ਘੰਟੇ ਖੜੇ ਕੀਤਾ ਜਾ ਰਿਹਾ ਸੀ, ਜਿਸ ਕਰਕੇ ਬੱਚਾ ਪੜਤਾਲਤ ਹੋ ਗਿਆ। ਔਰ ਇਸੇ ਵਜ੍ਹਾ ਦੇ ਨਾਲ ਬੱਚਾ ਦਬਾਅ 'ਚ ਆ ਕੇ ਕਿਤੇ ਚਲਾ ਗਿਆ। ਔਰ ਸਭ ਤੋਂ ਹੈਰਾਨੀ ਦੀ ਗੱਲ ਕਿ ਬੱਚਾ ਲਾਪਤਾ ਹੋਣ ਤੋਂ ਅਗਲੇ ਦਿਨ ਸਕੂਲ ਨੇ ਛੁੱਟੀ ਕਰ ਦਿੱਤੀ। ਇਹ ਵੀ ਇਲਜ਼ਾਮ ਅਭਿਭਾਵਕ ਲਾ ਰਹੇ ਨੇ, ਕਿਉਂਕਿ ਸਕੂਲ ਦੇ ਵਿੱਚ ਨਾ ਤਾਂ ਟੀਚਰ ਆਇਆ, ਨਾ ਸਟਾਫ ਆਏ, ਅਤੇ ਨਾ ਹੀ ਬੱਚੇ। ਪਰਿਵਾਰ ਦੇ ਲੋਕ ਇਲਜ਼ਾਮ ਲਾ ਰਹੇ ਨੇ ਕਿ ਸਕੂਲ ਦੇ ਸਟਾਫ ਦੀ ਫੀਸ ਨਾ ਦੇਣ ਕਰਕੇ ਕੀਤੀ ਗਈ ਪ੍ਰਤਾੜਨਾ ਕਰਕੇ ਬੱਚਾ ਗਾਇਬ ਹੋਇਆ। ਹੋ ਸਕਦਾ ਹੈ ਬੱਚੇ ਦੇ ਗਾਇਬ ਹੋਣ ਦੀ ਵਜ੍ਹਾ ਕੁਝ ਹੋਰ ਹੋਵੇ, ਪਰ ਸਕੂਲ ਦੀ ਨੈਤਿਕ ਜ਼ਿੰਮੇਵਾਰੀ ਤਾਂ ਬਣਦੀ ਸੀ ਕਿ ਜੇ ਬੱਚਾ ਲਾਪਤਾ ਹੋ ਵੀ ਗਿਆ ਹੈ ਤਾਂ ਅਗਲੇ ਦਿਨ ਪਰਿਵਾਰ ਨੂੰ ਢਾਂਡਸ ਦਾ ਵਿਧਾਨ, ਪਰ ਪਰਿਵਾਰ ਨੂੰ ਸਾਂਤਵਨਾ ਦਾ ਕੀ ਦੇਣੀ ਸੀ? ਸਕੂਲ ਨੂੰ ਬੰਦ ਹੀ ਕਰ ਦਿੱਤਾ ਗਿਆ। ਹਾਲਾਂਕਿ ਸਕੂਲ ਬੰਦ ਦੀ ਵਜ੍ਹਾ ਕੀ ਹੈ ਇਸ ਬਾਰੇ ਪੁੱਛੀਏ ਅਤੇ ਕਿਸ ਨੂੰ ਪੁੱਛੀਏ, ਕਿਉਂਕਿ ਸਕੂਲ ਦੇ ਵਿੱਚ ਕੋਈ ਵੀ ਸਟਾਫ ਦਾ ਮੈਂਬਰ ਮੌਜੂਦ ਨਹੀਂ ਸੀ ਅਤੇ ਨਾ ਹੀ ਕੋਈ ਮੈਨੇਜਮੈਂਟ ਦਾ, ਜਿਸ ਕਰਕੇ ਸਕੂਲ ਦਾ ਪੱਖ ਸਾਹਮਣੇ ਨਹੀਂ ਆਇਆ ਹੈ। ਅਤੇ ਜੇ ਸਕੂਲ ਦਾ ਪੱਖ ਸਾਹਮਣੇ ਆਏਗਾ ਉਸ ਨੂੰ ਵੀ ਪ੍ਰਮੁੱਖਤਾ ਨਾਲ ਦਿਖਾਵਾਂਗੇ। ਪਰ ਫਿਲਹਾਲ ਜੇ ਇਲਜ਼ਾਮਾਂ ਨੂੰ ਸਹੀ ਮੰਨੀਏ ਤਾਂ ਸਕੂਲ 'ਤੇ ਸਵਾਲ ਉੱਠ ਰਹੇ ਨੇ। ਹੁਣ ਸਕੂਲ ਕਦੋਂ ਸਾਹਮਣੇ ਆ ਕੇ ਇੰਨੇ ਸਵਾਲਾਂ ਦੇ ਜਵਾਬ ਦੇਗਾ? ਇਸ ਦਾ ਜਵਾਬ ਤਾਂ ਅਸੀਂ ਵੀ ਤੁਹਾਨੂੰ ਦਿਖਾਵਾਂਗੇ ਜੇਕਰ ਸਕੂਲ ਆਪਣਾ ਪੱਖ ਰੱਖਣ ਲਈ ਸਾਹਮਣੇ ਆਏਗਾ। ਪਰ ਫਿਲਹਾਲ ਬੱਚਾ ਲਾਪਤਾ ਹੋਣ ਤੋਂ ਅਗਲੇ ਦਿਨ ਸਕੂਲ ਨੂੰ ਬੰਦ ਕਰ ਦੇਣਾ ਕਿਤੇ ਨਾ ਕਿਤੇ ਸਕੂਲ ਪ੍ਰਸ਼ਾਸਨ ਨੂੰ ਸਵਾਲਾਂ 'ਚ ਖੜਾ ਕਰਦਾ। ਹੋ ਸਕਦਾ ਸਕੂਲ ਬੰਦ ਕਰਨ ਦੀ ਵਜ੍ਹਾ ਕੁਝ ਹੋਰ ਹੋਵੇ, ਹੋ ਸਕਦਾ ਛੁੱਟੀ ਦੀ ਵਜ੍ਹਾ ਕੁਝ ਹੋਰ ਹੋਵੇ, ਪਰ ਕੈਮਰੇ ਦੇ ਸਾਹਮਣੇ ਆ ਕੇ ਕੌਣ ਦੱਸੇਗਾ ਸਕੂਲ ਦਾ ਪੱਖ? ਆਓ ਤੁਹਾਨੂੰ ਦਿਖਾਉਂਦੇ ਹਾਂ ਮੌਕੇ 'ਤੇ ਕੀ ਕੁਝ ਹੋਇਆ, ਕਿਵੇਂ ਹੋਇਆ ਹੰਗਾਮਾ। ਦੈਨਿਕ ਭੇਲ ਪੰਜਾਬੀ ਟੀਵੀ ਦੇ ਲਈ ਵਰਿੰਦਰ ਸਿੰਘ ਦੀ ਰਿਪੋਰਟ। ਕੀ ਮਾਮਲਾ ਕੀ ਹੈ ਸਰ? ਕੱਲ੍ਹ ਜੋ ਬੱਚਾ 6 ਨੰਬਰ ਗਲੀ ਤੇਜ ਮੋਹਨ ਨਗਰ 'ਚ ਰਹਿੰਦਾ ਵਾ, ਉਹ ਬੱਚਾ ਕੱਲ੍ਹ ਸਵੇਰੇ ਸਕੂਲ ਆਇਆ ਸੀ ਔਰ ਉਹਨੂੰ ਕੱਲ੍ਹ ਸਵੇਰੇ ਪ੍ਰੇਅਰ 'ਚ ਸ਼ਾਮਿਲ ਹੋਇਆ ਔਰ ਉਸ ਤੋਂ ਬਾਅਦ ਉਹਨੂੰ ਪਤਾ ਨਹੀਂ ਕਿਸ ਤਰ੍ਹਾਂ ਜਲੀਲ ਕੀਤਾ ਗਿਆ। ਬੱਚੇ ਨੇ ਦਿਲ 'ਤੇ ਗੱਲ ਲੈ ਲਈ। ਉਹ ਬੱਚਾ ਕੱਲ੍ਹ ਸਵੇਰ ਦਾ ਸਕੂਲੋਂ ਇਹਨਾਂ ਨੇ ਜਦੋਂ ਦਾ ਕੱਢਿਆ ਫੀਸ ਲੈਣ ਲਈ ਉਦੋਂ ਦਾ ਅੱਜ ਤੱਕ 12 ਵਜੇ ਵਾਪਸ ਘਰ ਨਹੀਂ ਆਇਆ। ਜੇ ਸਕੂਲ ਦੇ ਵਿੱਚ ਬੱਚੇ ਦੇ ਮਾਂ ਪਿਓ ਪਤਾ ਕਰਨ ਆਇਆ ਅਤੇ ਸਕੂਲ ਦੇ ਟੀਚਰਾਂ ਦਾ ਕਹਿਣਾ ਇਹ ਸੀ ਕਿ ਬੱਚਾ ਸਕੂਲ ਹੀ ਨਹੀਂ ਆਇਆ। ਉਹਨਾਂ ਨੇ ਕਿਸੇ ਤਰ੍ਹਾਂ ਆਲੇ ਦੁਆਲੇ ਵੀਡੀਓ ਕਢਾਈ ਕਿ ਬੱਚਾ ਸਕੂਲ ਆਇਆ ਸੀ। ਬੱਚੇ ਨੇ ਸਾਈਕਲ ਅੰਦਰ ਵੀ ਲਾਇਆ, ਪ੍ਰੇਅਰ 'ਚ ਵੀ ਸ਼ਾਮਿਲ ਹੋਇਆ, ਪਰ ਹੋ ਗਿਆ ਕਿ ਮੈਂ ਫੀਸ ਲੈਣ ਚੱਲਾ ਵਾਂ, ਮੈਨੂੰ ਇਹਨਾਂ ਨੇ ਬੈਠਣ ਨਹੀਂ ਦਿੱਤਾ ਔਰ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ ਅਤੇ ਉਸ ਤੋਂ ਬਾਅਦ ਉਸ ਤੋਂ ਇੱਕ ਦਿਨ ਪਹਿਲਾਂ ਵੀ 6 ਘੰਟਾ ਬੱਚੇ ਨੂੰ ਸਕੂਲ ਦੇ ਵਿੱਚ ਖੜ੍ਹਾ ਰੱਖਿਆ। ਜਦਕਿ ਜਿਹੜਾ DC ਸਾਹਿਬ ਦੇ ਆਰਡਰ ਹੈਗੇ ਆ ਕਿ ਕਿਸੇ ਬੱਚੇ ਕੋਲ ਫੀਸ ਨਹੀਂ ਮੰਗ ਸਕਦੇ, ਉਹਨਾਂ ਦੇ ਅਭਿਭਾਵਕਾਂ ਕੋਲ ਫੀਸ ਮੰਗਣ ਦਾ ਹੱਕ ਹੈ ਸਕੂਲ ਵਾਲਿਆਂ ਕੋਲ। ਔਰ ਬੱਚੇ ਦੇ ਮਾਂ ਪਿਓ ਕੱਲ੍ਹ ਦੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ, ਉਹ ਇੰਨੇ ਪਰੇਸ਼ਾਨ ਆ ਕਿ ਜਿਹਦਾ ਬੱਚਾ ਘਰ ਨਾ ਆਵੇ ਉਹਦੇ ਮਾਂ ਪਿਓ ਦੇ ਪਰੇਸ਼ਾਨ ਹੋਊਗੇ ਰੋਊਗੇ ਹੀ, ਜਿਹਨਾਂ ਨੇ 14-15 ਸਾਲ ਪਤਾ ਨਹੀਂ ਕਿਸ ਤਰ੍ਹਾਂ ਬੱਚੇ ਨੂੰ ਪਾਲਿਆ
और अज उन्होंने ये पता ही नहीं कि साडा बच्चा कित्थे है ते ओ परेशान ते हो गई असी और अज स्कूल लगना सी उन्होंने स्कूल वालों के माँ प्यो का सामना ना करना पै जाए स्कूल वालों ने अज छुट्टी कर दी है और असी स्कूल वालों के असी प्रशासन और स्कूल प्रबंधक कमेटी को बेनती करते हैं उन्होंने बच्चा लभन के मदद कर अगर उन्होंने बच्चा लभ्या नहीं लभदा तो मजबूरी सानू जो उन्होंने माँ प्यो कहोगे उन्होंने नाल खड़े होना पैना वा अगर वो माँ प्यो कहोगे कोई रोड ब्लॉक करना वा रस्ता जाम करना तरना लगाना वा असी हर तरह उन्होंने नाल मोढ़े नाल मोढ़ा ला के खड़े हाँ भारतीय जनता पार्टी हर गरीब बंदे नाल मोढ़े नाल मोढ़े ला के हर वेले खड़ी है और असी सानू जित हद तक जाना पिया इस वजह नूं लभण लई बच्चा कि क्लास च पढ़ता जी की नाम बच्चा 9th क्लास च पढ़ता बच्चे का नाम युवराज है बच्चा किन्ने साल उम्र के बच्चे 15 साल हूँ बच्चा मिले या नहीं मिले तक बच्चा हले तक नहीं मिले जी इस संबंधी पुलिस को कंप्लेंट दी थाने पुलिस को कंप्लेंट दे चुके हैं और पुलिस ने भी सानू कल आश्वासन दिता कि 12 बजे तक आप स्कूले आवेंगे हले तक प्रशासन का भी कोई बंदा केड़ा थाना पैंदा जी 5 नंबर थाना ठीक है जी बोला कि भाई तुम्हारा फीस नहीं आया है 1 महीना का फीस लेकर आओ उसने बच्चे को भेज दिया फीस लाने के लिए क्या नाम था मैडम का मैडम को पता नहीं कौन सी क्लास में पढ़ता बच्चा नौवीं क्लास में पढ़ता नौवीं क्लास में क्या नाम है बच्चे का उसका नाम है युवराज युवराज नाम है लड़का का ये कब की बात है कल की बात है अच्छा जी तो बच्चा जब निकल रहा है अगर पैसे लेना है हमसे बताओ कि भाई आपको पैसा आना चाहिए यदि पैसे मैं नहीं दूं तो बच्चा बाहर काट सकते हो बाहर बच्चे काट दिए बच्चा गवाच गया जब फीस ना देने के कारण बच्चे को बाहर निकाल दिया ठीक है उससे पहले एक दिन पहले ही 6 घंटा खड़ा किया था दूसरे दिन उससे पहले एक दिन 6 घंटा खड़ा किया था अप्रैल में बच्चे को कि तुम कहाँ चला गया था हमने वैष्णो माता गया था बच्चा 4 दिन लेट से आया था बता भी दिए थे मैडम से कि मतलब 4 दिन हमारा लग जाएगा वैष्णो माता से आने में फिर भी बच्चा को खड़ा करा दिया 6 घंटा अभी तक कोई अपडेट मिली अभी तक मेरा कुछ नहीं मिला जी बच्चे का कुछ सीसीटीवी चेक किए कोई पता नहीं चला है जी आपने कैमरे से सीसीटीवी चेक किए मैं चेक किया हूँ पहले तो मैडम बोला कि बच्चा नहीं आया है हमने बगल से चेक किया बगल में निकल गया लड़का के हाँ लड़का एंट्री कर रहा है तो मैडम को बोला अपना कैमरा दिखाओ मैडम बोलता नहीं मैं नहीं दिखाना है अभी हमारे पास चाबी नहीं है मैं बोला ठीक है 2 घंटे के बाद कोई बंदे आया उसने कैमरा खोल के दिखाया बच्चा अंदर एंट्री किया है बच्चा बैग ऐसे टांग के साइकिल लेके बाहर को निकल रहा है मगर गेट के पास कोई बंदे नहीं उसको रोका कि हाँ तुम कहाँ जा रहे हो मतलब सिक्योरिटी गार्ड तो होना चाहिए कम से कम ये कब की बात है जी बच्चा अपने आप को निकलने जाएगा अच्छा जब बच्चा निकला साइकिल लेके ये कब की बात है कल की कल की बात है कितने घंटे हो गए हैं बच्चे को अभी तक मिला नहीं है कल 9 बजे से 9 बजे से निकला हुआ है कल 9 बजे से आज स्कूल में स्कूल बंद है आज किस वजह से स्कूल इसी वजह से बंद है कि बच्चा हमारा किडनैप करवा दिए हैं दूसरी बात हमारे बच्चे को इन लोग चाहे कुछ भी कर दिया होंगे मतलब बच्चा ऐसे छुट्टी नहीं थी स्कूल में ऐसे छुट्टी नहीं है कोई मैडम वगैरह मौजूद है मैडम डर से बंद करवाया है अब कौन मौजूद है स्कूल में अभी कोई नहीं है जी खुद बच्चा गायब किए का स्कूल वाले कोई ना प्रिंसिपल ना कोई सर ना कोई डायरेक्टर कोई यहाँ नहीं आ रहा ना कोई टीचर आ ना कोई फोन भी नहीं उठा रहा बच्चा ना खुद गायब किए वो आप झूठे ना कोई अभी तक पुलिस आया ना कोई आया ना बच्चे को पता लगा आपने पुलिस को कब कम्प्लेंट की थी पुलिस को कम्प्लेंट अभी तक पुलिस भी नहीं पहुंचा था कितना टाइम हो गया कम्प्लेंट दी रात 10 बजे आप कोई पुलिस वाला नहीं आया कोई पुलिस वाला आया अभी तो चला गया कहता जाओ घर तू ही घर जाओ घर भेज देते अभी तक कोई नहीं आया बच्चे का क्या नाम है बच्चे की उम्र कितनी है बच्चे का 15 साल हो रहा है क्या नाम है बोलो जरा